तुसी भी शायद इस गल नूं लेके सोचते होंगे कि यार हर रोज इन्हां मुद्दियां नूं लेके तू रूबरू हुंदा रहना जां कई मेरे भी नाल दे मैनू कहिंदे रहिंदे कि भाई यार यही मुद्दे रोज रोज उठाने ठीक नहीं। पर मैं एक गल तुहानू पंजाबीओ साफ तौर ते कह देना कि जिहड़ा एक ड्रामेबाज मुख्यमंत्री पंजाब दे पेश पिया दुख लगता गुस्सा भी आउंदा भी जदों गमराह करके लोकां नू ड्रामे करके ते लोकां दे जज्बातां नाल खेडिया जांदा उदों दुख लगता। भोले भाले लोग ने एक किवें ड्रामेबाजी हो रही है। मैं पहला तुहानू सतौज वाले महाराज दीआं कुछ फोटोआं जिहड़ियां अजकल बड़ियां चल रही बड़े भगत जिहड़े हैगे उह उन्होंने पूरी मचाई हुई आ कि साडे देखो जी इनकलाबी योधे किवें बुकदे फिरदे आ। पहला मैं तुहानू उहदी झलक दिखाउणा फिर आपां गल्लबात नाल दी नाल करी जावांगे। नाल दी नाल मैं उह तस्वीरां जिहड़ियां तुहानू दिखाउंदा रहूंगा। पहला तां साडे सतौज वाले महाराज जी कहिंदे कि सानू फोटोआं कराउण दा शौक नहीं। आम एक तुसीं वीडियो चल रही है सुनी है उत्थी बोल रहे हड़ा च कि मेरियां फोटोआं तां आउंदियां उहनूं बहुत समा हो गया बहुत समय दा मैं मशहूर हाँ मैं फोटोआं कराउण नहीं इत्थे आया। उह तुहानूं दिखाउणा वी किवें फोटोआं कराउंदे आ तुसीं देखिआ वी हुण देख वी लिओ माड़ा जिहा ध्यान दे नाल आ देखिओ आ इक वीडियो है देख लिओ माड़ा जिहा दिखदी है इथे इथे साडे सतौज वाले महाराज जी ने जिहड़े इह उथे उहनां नूं डीसी कह रिहा डिप्टी कमिश्नर नाल खड़ा कि जी इधर नूं हो जाओ फोटो ठीक आऊगी ते सामने कैमरे वाला खड़ा तुसीं देख ही लिया जिहड़े कहिंदे आ दूजी फोटो देख लो आह देखो जी अपने सतौज वाले अपने महाराज भगवंत मान जी लिबड़े पैरां नाल फोटो कराउंदे होए यह फोटो बड़ी चक रहे अज भगत के देखो जी साडा मुख्यमंत्री पजामा टंगी फिरदा साडे मुख्यमंत्री दे पैर लिबड़े होए ने। सो यह है जी मुद्दे। अच्छा जी अगे आ जाओ। सो अगे आपां गल करदे आं एक तो यह गल होगी कि जो ड्रामे लोगों हो रहे अगली तुम तो मैं दिखा एक होर जी अज सतौज वाले महाराज जी फिरोजपुर आए उथे सुनियो एक मुंडा सवाल करता आवाज आ आवाज थोड़ी जी घट है वीडियो जी ਮੈਂ
ਤੁਸੀਂ ਇਹ ਵੀਡੀਓ ਸੁਣੀ। ਇੱਕ ਮੁੰਡਾ ਸਵਾਲ ਕਰਦਾ ਮਹਾਰਾਜ ਸਤੌਰ ਸਾਹਿਬ ਨੂੰ ਕਿ ਜੀ ਰਾਜਸਥਾਨ ਵਾਲੀਆਂ ਨਹਿਰਾਂ ਬੰਦ ਕਿਉਂ ਨੇ? ਪੰਜਾਬ ਦੇ ਲੋਕੋ, ਵਾਰ ਵਾਰ ਤੁਹਾਨੂੰ ਕਹਿਣਾ ਕਿ ਇਹ ਬੰਦਾ ਗੱਲਾਂ ਨਾਲ ਗੁੰਮਰਾਹ ਕਰ ਰਿਹਾ ਪੰਜਾਬੀਆਂ ਨੂੰ। ਕੱਲ ਮਹਾਰਾਜ ਸਤੌਜ ਦੇ ਬਿਆਨ ਹੋ ਰਿਹਾ, ਜਦੋਂ ਸੰਗਰੂਰ ਆਉਂਦਾ ਉੱਥੇ ਮੀਡੀਆ ਦੇ ਅੱਗੇ ਗੱਲ ਕਹਿੰਦਾ ਕਿ ਸਾਡਾ ਨੁਕਸਾਨ ਹੁੰਦਾ, ਅਸੀਂ ਪਾਣੀ ਰਾਜਸਥਾਨ ਨੂੰ ਕਿਵੇਂ ਦੇ ਦਈਏ, ਹੁਣ ਲੈ ਲਓ ਪਾਣੀ ਰਾਜਸਥਾਨ, ਹੁਣ ਪਾਣੀ ਹਰਿਆਣਾ ਲੈ ਲਏ, ਹੁਣ ਦਿੱਲੀ ਲੈ ਲਏ, ਨੁਕਸਾਨ ਕਹਿੰਦਾ ਪੰਜਾਬ ਦਾ ਹੋ ਰਿਹਾ। ਅੱਜ ਜਦੋਂ ਨੌਜਵਾਨ ਪੁੱਛਦਾ ਨਾ, ਧਿਆਨ ਨਾਲ ਸੁਣ ਲਿਓ ਗੱਲ, ਉਹ ਨੌਜਵਾਨ ਪੁੱਛਦਾ ਕਿ ਜੀ ਰਾਜਸਥਾਨ ਦੀ ਨਹਿਰ ਖਾਲੀ ਕਿਉਂ ਆ, ਤਾਂ ਸਤੌਜ ਵਾਲੇ ਮਹਾਰਾਜ ਜੀ ਕਹਿੰਦੇ ਆ ਕਿ ਜੀ 18,500 ਕਿਊਸਕ ਤੋਂ ਪਾਣੀ ਆਪਾਂ ਵੱਧ ਨਹੀਂ ਦੇ ਸਕਦੇ। ਉਹ ਸਵਾਲ ਕੀ ਪੁੱਛਦਾ, ਜਵਾਬ ਕੀ ਦਿੱਤਾ ਜਾ ਰਿਹਾ? ਕੱਲ ਕਹਿ ਰਿਹਾ ਪਾਣੀ ਸਾਡਾ ਨੁਕਸਾਨ ਕਰ ਰਿਹਾ, ਜਿੱਥੇ ਗੱਲ ਪਾਣੀਆਂ ਦੇ ਹੱਕ ਦੀ ਗੱਲ ਕਰਨਾ ਸੀ ਇੱਕ ਦਿਨ ਦੇ ਵਿੱਚ ਹੀ ਬਦਲ ਗਿਆ, ਆਪਣੀ ਕੱਲ ਵਾਲੀ ਗੱਲ ਤੇ ਨਹੀਂ ਖੜਾ, ਅੱਜ ਗੱਲ ਹੋਰ ਕਰ ਰਿਹਾ। ਉਹਨੂੰ ਸਵਾਲ ਦਾ ਜਵਾਬ ਦੇਣ ਦੀ ਬਜਾਏ ਜਿਹੜੇ ਚਮਚੇ ਖੜੇ ਆ ਮੁਹਰੇ, ਉਹ ਜਿੰਦਾਬਾਦ ਕਰਨ ਲੱਗ ਜਾਂਦੇ ਆ, ਇਮਾਨਦਾਰ ਮੁੱਖ ਮੰਤਰੀ ਜਿੰਦਾਬਾਦ। ਮੁੜ ਕੇ ਅਖੀਰ ਤੇ ਤੁਸੀਂ ਦੇਖ ਲਿਆ ਹੋਣਾ, ਧਿਆਨ ਦੇ ਨਾਲ ਦੇਖੀ ਜੇ ਵੀਡੀਓ, ਤੁਸੀਂ ਦੇਖ ਚੱਲ ਵੀ ਰਹੀ ਹੈ ਵੀਡੀਓ ਦੇਖ ਲਿਓ, ਅਖੀਰ ਦੇ ਉੱਤੇ ਉਹਨੂੰ ਕਹਿੰਦਾ ਚੰਗਾ ਤੂੰ ਬੋਲ ਲਾ, ਕਿਉਂਕਿ ਕੌਲੀ ਚੱਟ ਮੀਡੀਆ ਖੜਾ ਉੱਥੇ, ਕੌਲੀ ਚੱਟ ਮੀਡੀਆ ਨੇ ਥੋੜ੍ਹੀ ਸਵਾਲ ਕਰਨਾ ਕਿ ਰਾਜਸਥਾਨ ਦੀ ਨਹਿਰ ਬੰਦ ਕਿਉਂ ਹੈ, ਤੁਸੀਂ ਕੱਲ ਕਿਹੜਾ ਬਿਆਨ ਦਿੱਤਾ, ਅੱਜ ਕਿਹੜਾ ਬਿਆਨ ਦਿੰਦਾ? ਉੱਥੇ ਕੋਈ ਸਬੱਬੀ ਕੋਈ ਨੌਜਵਾਨ ਆਇਆ, ਉਹਨੂੰ ਮੌਕਾ ਮਿਲਿਆ, ਪਹਿਲਾਂ ਆਮ ਲੋਕ ਤਾਂ ਉੱਥੇ ਹੈ ਹੀ ਨਹੀਂ, ਉਹ ਚੇਲੇ ਚਮਚੇ ਖੜੇ ਆ, ਉਹ ਜਿੰਦਾਬਾਦ ਕਰਨ ਵਾਲੇ ਜਿਹੜੇ ਹੁੰਦੇ ਆ ਉੱਥੇ, ਉਹ ਸਵਾਲ ਦਾ ਜਵਾਬ ਤੁਸੀਂ ਆਪ ਦੇਖ ਲਿਓ ਕੀ ਦੇ ਰਿਹਾ। ਪਹਿਲੀ ਗੱਲ ਤਾਂ ਉਹਨੂੰ ਜਵਾਬ ਨਹੀਂ ਕੋਈ ਦੇ ਰਿਹਾ, ਜਵਾਬ ਨੂੰ ਗੋਲ ਕਰਕੇ ਕਹਾਣੀ ਹੋਰ ਪਾਸੇ ਲੈ ਗਿਆ, 18,500 ਕਿਊਸਕ ਤੋਂ ਬਾਅਦ ਛੱਡ ਨਹੀਂ ਸਕਦੇ, ਕਹਿੰਦਾ ਜੀ ਪਾਣੀ ਤੂੰ ਇਹ ਕਿਉਂ ਨਹੀਂ ਕਹਿੰਦਾ ਵੀ ਨਹੀਂ ਇਹ ਪਾਣੀ ਸਾਡਾ ਨੁਕਸਾਨ ਕਰਦਾ, ਅਸੀਂ ਉਹ ਪਾਣੀ ਨਹੀਂ ਜਾਣ ਦੇਣਾ, ਉਹਦੇ ਸਾਡਾ ਹੱਕ ਹੈ, ਅਸੀਂ ਇਹ ਸੁਪਰੀਮ ਕੋਰਟ ਕੇਸ ਕਰਾਂਗੇ, ਅਸੀਂ ਇਹ ਕਲੇਮ ਕਰਾਂਗੇ ਰਾਜਸਥਾਨ ਦੇ ਉੱਤੇ ਜਿਹੜਾ 55,00,000 ਕਰੋੜ ਦਾ ਸਾਡਾ ਰੁਪਈਆ ਬਣਦਾ, ਰਾਇਲਟੀ ਬਣਦੀ ਆ ਰਾਜਸਥਾਨ ਵੱਲ, ਇਹ ਗੱਲ ਕਹਿ ਨਹੀਂ ਕਹਿੰਦਾ। ਦੂਜੇ ਨੂੰ ਜਵਾਬ ਦੇਣ ਦੀ ਬਜਾਏ ਉੱਥੇ ਨਾਲ ਦੇ ਚਮਚੇ ਕੋਈ ਗੱਲ ਨਹੀਂ ਖੜ ਕੇ ਸਵਾਲ ਪੁੱਛ ਲਾ, ਉਹਦਾ ਜਵਾਬ ਦੇਣ ਦੀ ਬਜਾਏ ਅਗਲੀ ਗੱਲ ਉੱਤੋਂ ਨਹੀਂ ਹੋਰ ਲਪੇਟ ਕੇ ਸੁੱਟ ਦਿੰਦਾ, ਮੇਰੀ ਗੱਲ ਪੂਰੀ ਹੋ ਜਾਂਦੀ ਫਿਰ ਤੇਰਾ ਕੋਈ ਸਵਾਲ ਮੈਂ ਸਾਰੇ ਸਵਾਲ ਤੇ ਪੁੱਛ ਕੇ ਜਾਊਂਗਾ। ਸੋ ਇਹ ਅਗਲਾ ਡਰਾਮਾ ਤੁਹਾਨੂੰ ਦਿਖਾਉਣਾ, ਦੇਖੀ ਜਾਓ ਡਰਾਮੇ ਨੇ, ਪਹਿਲਾ ਡਰਾਮਾ ਦੇਖ ਲਓ। ਆਹ ਦੇਖੋ ਜੀ ਰੀਲ ਹੈ ਜੀ ਆਪਣੇ ਸਤੌਜ ਵਾਲੇ ਮਹਾਰਾਜ ਦੀ, ਇਹ ਵੀ ਦੇਖ ਲਓ ਮਾੜੀ ਧਿਆਨ ਦੇ ਨਾਲ, ਚਰੀ ਚ ਫਿਰਦੇ ਆ ਦੁਬਾਰਾ ਚਲਾ ਗਏ। ਸੋ ਇਹ ਤੁਸੀਂ ਰੀਲ ਦੇ ਵਿੱਚ ਦੇਖਿਆ, ਸਤੌਜ ਵਾਲੇ ਮਹਾਰਾਜ ਜੀ ਚਰੀ 'ਚ ਫਿਰਦੇ ਆ, ਇੱਕ ਬੇਬੇ ਨੂੰ ਗਲ ਲਾਉਂਦੇ ਆ, ਫਿਰ ਐਂ ਅੱਖਾਂ ਪੂੰਝਦੇ ਆ ਵੀ ਰੋਣ ਨਿਕਲਿਆ, ਅੱਖਾਂ 'ਚੋਂ ਹੰਝੂ ਆ ਗਏ, ਫਿਰ ਇੱਕ ਘਰੇ ਪਾਣੀ ਦਾ ਗਲਾਸ ਪੀ ਰਹੇ ਨੇ। ਮੈਂ ਪੁੱਛਣਾ ਚਾਹੁੰਦਾ ਸਤੌਜ ਵਾਲੇ ਮਹਾਰਾਜ ਨੂੰ ਕਿ ਮਹਾਰਾਜ ਸਾਹਿਬ ਜਦੋਂ ਸੰਗਰੂਰ ਦੇ ਵਿੱਚ ਸਾਡੀਆਂ ਕੁੜੀਆਂ ਕੁੱਟੀਆਂ ਜਾ ਰਹੀਆਂ ਸੀ, ਸਲਵਾਰਾਂ ਪਾੜੀਆਂ ਗਈਆਂ, ਗੁੱਤਾਂ ਪੱਟੀਆਂ ਗਈਆਂ, ਨੌਜਵਾਨ ਮੁੰਡਿਆਂ ਦੀਆਂ ਪੱਗਾਂ ਲਾਹੀਆਂ, ਤੇਰੇ ਪ੍ਰਸ਼ਾਸਨ ਨੇ ਤੇਰੀ ਸਰਕਾਰ ਨੇ ਜਿਹੜੇ ਟੀਚਰ ਕੁੱਟੇ ਗਏ ਉਦੋਂ ਨਹੀਂ ਤੇਰੇ ਅੱਖ ਚੋਂ ਕੋਈ ਹੰਝੂ ਡਿੱਗਿਆ? ਬਜ਼ੁਰਗ ਸਾਡਾ ਕਿਸਾਨ ਆਗੂ ਜਗੀਰ ਸਿੰਘ ਡਲੇਵਾਲ ਪਟਿਆਲੇ ਦੇ ਵਿੱਚ ਦਫ਼ਤਰ ਦੇ ਮੂਹਰੇ ਉਹਨੂੰ ਪੁਲਿਸ ਨੇ ਘੜੀਸਿਆ ਫੜ ਕੇ, ਇੱਥੇ ਸਾਡੇ 70-70 ਸਾਲ ਦੇ ਬਜ਼ੁਰਗ ਭੁੱਚੋ ਕਿਸਾਨ ਜਥੇਬੰਦੀ ਜਿਹੜੇ ਘੜੀਸ ਪੁਲਿਸ ਨੇ ਗੱਡੀਆਂ ਸੱਟੇ, ਅੱਥਰੂ ਨਹੀਂ ਆਇਆ ਕੋਈ ਅੱਖ 'ਚ। ਇੱਧਰ ਰੋਜ਼ ਮਾਵਾਂ ਦੇ ਪੁੱਤ 15-15, 16-16 ਸਾਲ ਦਿਆਂ ਦੇ ਸਿਵੇ ਵਲਦੇ ਆ, ਚਿੱਟੇ ਨਾ ਮਰਦੇ ਆ ਟੀਕੇ ਲਾ ਲਾ ਕੇ, ਉਦੋਂ ਨਹੀਂ ਕਿਤੇ ਜਾ ਕੇ ਕਿਸੇ ਸੱਥਰ 'ਤੇ ਬੈਠਾ ਅਤੇ ਹੰਝੂ ਬਹਾਏ ਅਤੇ ਕਿਹਾ ਵੀ ਆਹ ਚਿੱਟਾ ਮੈਂ ਬੰਦ ਕਰ ਦੂੰਗਾ ਜਿਹੜਾ ਤੇਰੇ ਰਾਜ ਦੇ ਵਿੱਚ 10 ਗੁਣਾ ਵੱਧ ਗਿਆ, ਫਿਰ ਡਰਾਮਾ ਕਿਉਂ? ਸੋ ਭਗਤੋ ਚੀਕਾਂ ਨਾ ਮਾਰੋ, ਕੋਈ ਫਰਕ ਨਹੀਂ ਸਾਨੂੰ ਪਤਾ ਤੁਸੀਂ ਕੀ ਲਿਖਦੇ ਹੋ ਕੀ ਨਹੀਂ ਲਿਖਦੇ, ਚੀਕਾਂ ਨਾ ਮਾਰੋ, ਸਾਡੀ ਗੱਲ ਦਾ ਜਵਾਬ ਦਿਓ, ਤੁਹਾਡਾ ਭਾਪਾ ਕੀ ਕਰ ਰਿਹਾ? ਭਗਤੋ ਜੋ ਡਰਾਮੇ ਜੋ ਫੋਟੋ ਸੈਸ਼ਨ ਚੱਲ ਰਿਹਾ, ਜੋ ਡਰਾਮੇ ਕਰ ਰਿਹਾ, ਜੋ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਸਾਨੂੰ ਗੱਲ ਇਸ ਗੱਲ ਨਾਲ ਸਾਡੀ ਰੰਜੀ ਆ ਕਿ ਇਹ ਪਹਿਲਾਂ ਇਹੀ ਕੁਛ ਕਰਕੇ
ये ड्रामे कर करके लोगों के जवाबों ना खेड़ खेड़ के इत तक आ गया उ कुछ हूं करी जाता थोड़े सामने आ तुम आप देख लो नहीं फुट मैं करा फिर नहीं डीसी कहना पासे हो जा लै फोटो करा दो सीधे हो जाओ वो नौजवान सवाल पाता जवाब देने जो गल गोल करके गह जो कहना हों कि असी लोगों तैयार किया सवाल जवाब करने वाले बनाया लोगों लीडर सवाल कराया करो घेर के अज एक नौ उ कोई नौजवान आया वह भी उ चेलिया ने खड़ के जिंदाबाद जिंदाबाद करके सवाल का जवाब देने की बजाय होर पास गल न घुमा के सू बड़े सुचियाल मिल गया जी सू फलाना एम पी मिल गया जी ये पहले ही काम करते जी की तेरा सीचेवाल तेरा जलंधर एम पी तेरा चढ़ा मैं तो रोज कहना गल कर पंजाब के पानिया की गल जाके राज्यसभा लोकसभा बोलणगे पंजाब लई सो इस करके सानू भरावो बोलना पैंदा मुद्दा तो मैं अज कोई बड़ा अहम मुद्दा पंजाब का उस दे उत्ते मैं गलबात करनी सी सो चलो कल करदे आ परमात्मा सुख रखे पर यह जिहड़ा इस करके करना पिया कि यार ये रोज ड्रामे क्यों कर रहे हैं असलियत दे विच तेरी कहानी कुछ होर आ असल तू लोकां दे अगे होर है असल पिछे गल कुछ होर आ जे लड़ना तो पंजाब की गल कर आओ अगलिया ने कल ठोकता आके दस एकड़ जिहड़ी जमीन है हरियाणा विधानसभा दे लई सेंटर ने देती है चंडीगढ़ दे विच सोडे किसे दे मूंह एक बयान तक नहीं आया उल्टा तुसीं कहिंदे सी भी सानू विधानसभा नूं चंडीगढ़ दे विच जमीन दे दिओ बीबीएमबी दे विचों पंजाब जे कढ़िया गया तुसी बोले नहीं तुसी कोई विरोध नहीं जताया तां जो बीबीएमबी ने पंजाब नूं पुछना भी जरूरी नहीं समझिया भी इन्ना पानी असीं गेटां राहीं छड्ड रहे हां डैमां तों नुकसान पंजाब दा इस करके होया सो ड्रामे फोटवां रीलां अखां चों हंझू गरीब दे घरे आ गलास पी लिया एक बेबे नूं जफ्फी पा ली ये ड्रामे आ सो इस करके भगतो जे गल दा जवाब आ ना तां दलील ना दिओ तर्क ना जवाब दो ठोस जो गल हैगी नहीं एवं इधर उधर कंधा च बजते फिर भड़कते फिरते कोई फायदा नहीं सो पंजाब के लोगों तुहानूं बार बार मैं कहना एक वो साडे पेश पिया सी बादल जिहड़ा चुप रह के 40 साल पंजाब नूं बर्बाद कर गया ये गल्लां नाल इत्थे ना इहदे मैक इत्थे टंगिया हुंदा जाकट दे अंदरले पासे जेब है इहदे उत्थे मैक लग्गिया हुंदा इहदा आपदा अंदरों ही तैयारी करके आउंदे आ वी आह गल्लां बोलणियां ने आपकी आवाज हमेशा सुन लियो जो भी कदे बोलता ना जो किसी पत्रकार का या लोगों ने सवाल का उन्होंने आवाज कितनी आती है यदि आवाज कितनी आती है क्योंकि मैं किछे लगे आता जाग के अंदरले पासे यह भी ध्यान नाल रख लियो कदे गलबात सो भाई असी सोडे अर गए हाँ दुख सानू इस गल का आता है कि यार तुसी इस तरह पंजाब नूं गुमराह ना करो बड़ा पंजाब ने धोखा खाधा बड़ा पंजाब ने संताप हंडाया ये जिहड़ियां लूंबड़ चालां ने जेडे मखौटे पाए हुए ने कहिंदे बादल दे भी पंजाब अतैशी पंथ अतैशी मखौटा चाढ़िया सी नुकसान किया कहिंदे कांग्रेस ने मखौटा पा लिया अज तू मखौटा पा के जो पंजाब का नुकसान कर रहा है कर मैं कहना तू एडी तरह जी हिम्मत ठोक अज ही दावा कि रायपुर सिद्धांत के मुताबिक नहीं देवांगे पानी तू अज क्यों कह रहा कल तू कह रहा पंजाब का पानी नुकसान कर रहा अज तू कहना 18,500 क्यूसक असी देना है उल्टा तू नहर बंद करिया बैठा है जवाब देने की बजाय तू गल नूं गोल कर रहा फिर सवाल हो ना हुण जिहड़ा कौली जट मीडिया का करने नहीं तैनूं असूं ही करने हुंदे आ सो इस करके भगतो बोलना पैंदा भलावो बोलदे रहांगे ये ड्रामे नहीं चलण देने ऐ नंगे करके रखांगे जिन्ने ड्रामे इहनां दे मदद सरूर मदद करो हड़ा चारा चूरा लेके अच्छा हाँ है इक गल होर मेरे मेरे साथी ने ध्यान दवाई आ ओ भाई जिन्ने कोई मैं पहला भी वीडियो पाई आ भी जेड़े कोई सज्जण कई फोन करदे आ कि भाई असीं राशन लेके जाना असी चारा लेके कोई तूड़ी कोई पानी लेके जाना कुछ सानू दसो कित्थे जाके मेरा वीर इहदे विचों अपना तुसीं छड़ दिओ अपना पता एड्रैस कोई भी सानू कोई जलंधर आले पासे संगरूर आले पासे जां होर जिधर भी घग्गर दी मार पई आ जां इधरले पासे लुधियाणा जिथे भी मार पई आ फाजिलका एरिया तां उह थल्ले अपना नां अपने पिंड दा नां अपना ना अपना मोबाइल नंबर वह दस दो भी वह थले इसे आके थले टिप्पणियां नंबर भी पढ़ ले जेडे नंबर उत्थे जिथों तक अपना सही टिकाने तक जी कोई समान पहुंचा पहुंचा सको थल्यो अपना नंबर छड़ दो जिन्हें भाई उत्थे
राशन वगैरह दे के आना थले टिप्पणियां दे विच उन्हां बंदियां दा नाम पता एड्रैस सारा पिंडां दा नौ नंबर पढ़ के फोन करके उत्थे तुसीं पहुंचा सकदे। सो इन्नियां तुहाडे नाल गल्लां बातां सीगियां। तो जिवें जिवें ड्रामे करोंगे दिड़ के रखांगे, ये ड्रामे हुण चलणे नहीं। समझदार हो गई है लुकाई, दुनिया समझदी आ भवंसियां, बहुत चिर चला ले ड्रामे कला कलाकारियां कर लईआं, हुण जे कुछ करना चाहुंना तां मैं फिर कहना असल रूप च कर, सच्चे दिलों कर, जो पंजाब दे हक हकूक ने, जो पंजाब दे हकां दे डाके वज रहे ने उन्हां लई डट के खड़ लै, डट के खड़ जा। मैं अज तुहाडे नाल मैं भगतां नूं गल कहणी होर चाहुंना जी, ले भगतो अज इह पंजाब दा मुख्यमंत्री अज इस गल दे उत्ते डट के स्टैंड लै ले कि रायपुरी सिद्धांत दे मुताबक असीं सुप्रीम कोर्ट जावांगे, असीं सेंटर दे अगे हिकड़ावांगे कि असीं पंजाब दा पाणी नहीं देणा, ਇਹ ਤੇ ਸਾਡਾ ਹੱਕ ਹੈ। ਅਸੀਂ ਇਹ ਕਲੇਮ ਕਰਾਂਗੇ ਕਿ ਸਾਡਾ 55 ਲੱਖ ਕਰੋੜ ਬਣਦਾ ਰਾਜਸਥਾਨ ਸਰਕਾਰ ਵੱਲ ਉਹ ਦੇਵੇ ਸਾਡੇ ਪਾਣੀ ਦਾ ਪੈਸਾ ਦੇਵੇ। ਰਾਜਧਾਨੀ ਦੀ ਗੱਲ ਕਰੇ ਕਿ ਰਾਜਧਾਨੀ ਅਸੀਂ ਲੜਨ ਲਈ ਜੀ ਜਾਨ ਤੱਕ ਲਾ ਦੇਵਾਂਗੇ ਲੈਣ ਲਈ, ਅਸੀਂ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਨਹੀਂ ਬਣਾਉਣ ਦੇਵਾਂਗੇ, ਇਹਦੇ ਠੋਕ ਕੇ ਲੜਾਂਗੇ, ਲੈ ਇਹਦੇ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਨਾਲ ਤੁਰਾਂਗੇ। ਪਰ ਜਿੰਨਾ ਚਿਰ ਡਰਾਮੇ ਕਰੂਗਾ ਅਸਲੀਅਤ ਕੁਛ ਹੋਰ ਆ, ਉੱਤੋਂ ਕੁਛ ਹੋਰ ਕਰੂਗਾ, ਉਹਦਾ ਫਿਰ ਐਂ ਦੇ ਡਰ।